ਮੁੱਲ ਬਾਈ ਜੀ ਇਹਦਾ 6,000 ਰੁਪਇਆ। ਮਾਂ ਥੱਲੇ ਬਈ ਬਾਹਰਾਂ ਨੇ ਵੀ 17-18 ਕਿਲੋ ਦੁੱਧ ਸੀਗਾ ਹਨਾ, ਦੋ ਟਾਈਮ ਤਿੰਨ ਟਾਈਮ ਆਪਣੇ ਘਰੋਂ ਤਸੱਲੀ ਕਰਕੇ ਲੈ ਕੇ ਜਾਵੇ। ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 97-802-052-13। ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਨੂੰ ਬਾਘਾ ਪੁਰਾਣਾ ਪੈਂਦਾ ਜ਼ਿਲ੍ਹਾ ਮੋਗਾ ਦੋਸਤੋ, ਕਾਲੇ ਕੇ ਬਾਘੇ ਪੁਰਾਣੇ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ। ਅੱਜ ਦੀ ਵੀਡੀਓ ਵਿੱਚ ਬਾਈ ਕੋਲ ਦੋ ਨਗ ਸੇਲ ਆ, ਇੱਕ ਸਾਹਮਣੇ ਸਕਰੀਨ ਤੇ ਦੇਖ ਰਹੇ ਖੀਰੀ ਬੱਚੀ ਆ, ਇੱਕ ਇੱਧਰ ਸੂਈ ਸੋਈ ਵਿਹੜ ਆ। ਗੱਲਬਾਤ ਬਾਈ ਨਾਲ ਕਰਦੇ ਹਾਂ, ਬਾਈ ਤੋਂ ਜ਼ਿਆਦਾ ਜਾਣਕਾਰੀ ਲੈਂਦੇ ਹਾਂ ਕੀ ਡਿਟੇਲ ਆ। ਆ ਜੀ ਬਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਤੇ ਐਡਰੈਸ? ਨਾਮ ਅਮਨਦੀਪ ਸਿੰਘ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਠੀਕ ਆ ਬਾਈ, ਮੋਬਾਈਲ ਨੰਬਰ ਬੋਲ ਦਿਓ। 8961-02-38। ਇੱਕ ਵਾਰੀ ਹੋਰ ਬੋਲ ਦਿਓ, 8961-02-38। ਠੀਕ ਆ ਬਾਈ। ਦੋਸਤੋ ਬਾਈ ਦਾ ਮੋਬਾਈਲ ਨੰਬਰ ਥੱਲੇ ਪਾਸੇ ਚੱਲਦਾ ਸਕਰੀਨ ਤੇ, ਰਿਕੁਐਸਟ ਕਰਾਂਗੇ, ਪਹਿਲਾਂ ਵੀ ਕਰਦੇ ਆ, ਕਿ ਜਾਨਵਰ ਜਿਹੜਾ ਤੁਸੀਂ ਲੈਣਾ ਉਹਦੇ ਲਈ ਬਾਈ ਨਾਲ ਸੰਪਰਕ ਕਰਨਾ। ਬਾਈ ਦਾ ਨੰਬਰ ਥੱਲੇ ਚੱਲਦਾ, ਕਿਹੜਾ ਉਪਲਾ ਨੰਬਰ ਲਾ, ਉਹ ਮੇਰਾ ਨੰਬਰ ਆ। ਕਈ ਵੀਰ ਭਰਾ ਮੈਨੂੰ ਫੋਨ ਲਾ ਲੈਂਦੇ, ਬਾਈ ਦਾ ਨੰਬਰ ਥੱਲੇ ਪਾਸੇ ਚੱਲਦਾ ਹੋਊਗਾ। ਬਾਈ ਇਹਦੇ ਬਾਰੇ ਡਿਟੇਲ ਸ਼ੁਰੂ ਕਰਦੇ ਆ। ਇਹ ਬਾਈ ਆਪਾਂ ਨਾ ਪਿਛਲੀ ਵੀਡੀਓ ਚ ਗਾਂ ਪਾਈ ਸੀ, ਹੋ ਗਏ 3 ਕੁ ਦਿਨ। ਠੀਕ ਆ ਬਾਈ। ਇਹ ਦੂਜੇ ਫੋਨ ਤੇ ਆਪਣੀ ਗਾਂ ਵਹਿ ਗਈ ਸੀਗੀ। ਠੀਕ ਆ ਜੀ। ਤੇ ਸਾਈ ਪਾਤੀ ਉਹਨਾਂ ਨੇ, ਹਾਂਜੀ, 44 ਵੀਡੀਓ ਕਾਲ ਤੇ ਦੋ ਟਾਈਮ, ਹਾਂਜੀ, ਬਿਲਕੁਲ ਸਹੀ ਦੁੱਧ ਸੀਗਾ ਹਨਾ, ਸਾਰੀ ਗਾਂ ਉੱਕੇ ਨਿਕਲ ਗਈ। ਠੀਕ ਆ ਜੀ। ਤੇ ਆਹ ਮੈਂ ਤਾਂ ਇੱਥੇ ਚੱਲ ਜਿਹੜੇ ਭੈਣ ਭਰਾ ਫੋਨ ਲਾਈ ਜਾਂਦੇ, ਆਪਾਂ ਤਾਂ ਜਵਾਬ ਹੀ ਦੇਣਾ ਵੀ ਵੈਗੀ ਬਾਈ ਵੈਗੀ ਹਨਾ। ਉਦੋਂ ਹੋ ਗਿਆ। ਹਾਂ ਠੀਕ ਆ ਜੀ। ਤੇ ਬਾਈ ਬਸ ਗੱਡੀ ਤੁਰ ਪਈ ਆਉਂਦੀ ਆ ਜਾਂਦੀ ਆ, ਗੱਡੀ ਵਾਲਾ ਨਹੀਂ ਮਿਲਿਆ, ਬੈਂਕ 'ਚ ਖੜੇ ਆ, ਡੈਰੀ 'ਤੇ ਖੜੇ ਆ, ਵੀ ਪੈਸਿਆਂ ਵੱਲੋਂ ਉਹ ਬੰਦਿਆਂ ਨੂੰ ਥੋੜੀ ਪ੍ਰੋਬਲਮ ਆ ਗਈ। ਠੀਕ ਆ ਬਾਈ। ਹਾਂ ਵੀ ਇਹਦੇ ਵਿੱਚ ਕੋਈ ਹੁਣ ਇੰਨੇ ਕੁ ਸੌਦੇ ਪਿੱਛੇ ਬਈ ਹਨਾ, ਵੀ ਜਿਹਨੇ ਵੀ ਪਸ਼ੂ ਖਰੀਦਣਾ ਵੀ ਪੇਮੈਂਟ ਦਾ ਵਾਲਾ ਪਹਿਲਾਂ ਹੱਲ ਕਰੇ। ਸਹੀ ਆ ਬਾਈ। ਠੀਕ ਆ ਨਾ। ਠੀਕ ਆ। ਹੁਣ ਮੈਨੂੰ ਤਾਂ ਬਈ ਦੂਰੀ ਵੇਰ ਖਰਚਾ ਪੈ ਗਿਆ ਵੀਡੀਓ ਦਾ। ਸਹੀ ਆ ਜੀ। ਹਾਂ ਵੀ ਜਿਹਨੇ ਵੀ ਜਵਾਬ ਵੀ ਦੇ ਦਿੱਤਾ ਬੰਦਿਆਂ ਨੂੰ ਵੀ। ਹਾਂ ਹਾਂ ਵੀ ਜਾਂ ਬਈ ਤੋੜ ਕੇ ਜਵਾਬ ਹੀ ਦੇ ਦਿਓ ਬਈ, ਸਾਥੋਂ ਹੱਲ ਨਹੀਂ ਹੋਇਆ, ਅਸੀਂ ਨਹੀਂ ਆ ਸਕਦੇ। ਠੀਕ ਆ ਜੀ। ਆਉਂਦੇ ਆ ਕਰਦੇ ਆ, ਨਹੀਂ ਮੇਰੇ ਬਈ ਇੰਨੇ ਫੋਨ ਹੈ, ਮੇਰੀ ਵਹਿੜ ਉਦੋਂ ਹੀ ਵੈਗਦੀ ਸੀ ਘੰਟੇ ਜੀ। ਠੀਕ ਆ ਜੀ। ਕਿਉਂ ਇਹ ਜਿਹਾ ਭਾਅ ਮਿਲਦਾ ਨਹੀਂ ਬਈ ਕਿਸੇ ਪਾਸੋਂ ਵੀ। ਸਹੀ ਹੈ ਜੀ। ਦੁੱਧ ਦੀ ਹੁਣ ਤੌਸ਼ ਕਰਕੇ ਨਾ ਤੇ ਇਹ ਜਿਹਾ ਭਾਅ ਤਾਂ ਬਈ ਹੁਣ ਬੱਚੀਆਂ ਮਿਲੀ ਜਾਂਦਾ। ਇਹ ਕਿੰਨਵਾਂ ਸੂਆ ਸੂਈ ਸੀ? ਪਹਿਲਾ ਸੂਆ ਸੂਈ ਵੀ ਆ ਬਈ, 1 ਮਹੀਨਾ ਹੋ ਗਿਆ ਨੂੰ ਸੂਈ ਨੂੰ, ਮਗਰ ਵੱਛੀ ਆ। ਮਗਰ ਵੱਛੀ 1 ਮਹੀਨਾ? ਹਾਂਜੀ। ਠੀਕ ਆ ਜੀ। ਤੇ ਕਿੰਨਾ ਦੁੱਧ ਤਿਆਰ ਹੈ? ਦੁੱਧ ਬਈ 7 ਤੋਂ ਬਾਹਰ ਆ। ਠੀਕ ਆ ਬਈ। ਪਰ ਆਪਾਂ 7 ਕਹਿ ਕੇ ਦਿੰਨੇ ਆ। ਪਰ ਇੱਕ ਬੇਨਤੀ ਆ ਬਈ ਆਪਣੀ ਜ਼ਰੂਰ, ਹਾਂਜੀ, ਵੀ ਜਿਹੜੇ ਵੀ ਭਰਾ ਨੇ ਪਸ਼ੂ ਖਰੀਦਣਾ ਹਨਾ, ਹਾਂਜੀ, ਵੀ ਠੀਕ ਆ, ਆਪਾਂ ਵਪਾਰੀ ਵੀ ਗਲਤ ਹੁੰਦੇ ਆ ਤੇ ਖਰੀਦਣ ਵਾਲਾ ਵੀ ਗਲਤ ਹੋ ਜਾਂਦਾ, ਵੀ ਪਹਿਲਾਂ ਹੱਲ ਕਰੇ ਹਨਾ। ਜੇ ਮੰਨ ਲਓ ਉਹਨਾਂ ਤੋਂ ਮੈਂ ਸਾਈ ਪਵਾ ਲਈ ਸੀ ਤੇ ਮੈਂ ਵੈੜ ਗਾਂ ਚੜਾਉਂਦਾ, ਗਲਤੀ ਤਾਂ ਮੇਰੀ ਸੀ, ਪਰ ਆਪਾਂ ਜਵਾਨ ਤੇ ਰਹੇ ਆ। ਠੀਕ ਹੈ ਜੀ। ਵੀ ਕਿਸੇ ਵੀ ਦੋ ਟਾਈਮ ਆਪਣੇ ਘਰੋਂ ਚੋ ਕੇ ਲੈ ਕੇ ਜਾਵੇ ਤਸੱਲੀ ਕਰਕੇ, ਜਦੋਂ ਵੈੜ ਆਪਣੇ ਘਰੋਂ ਨਿਕਲ ਗਈ ਆਪਣੀ 1 ਮਿੰਟ ਦੀ ਗਰੰਟੀ ਨਹੀਂ ਗੀ। ਠੀਕ ਹੈ ਬਾਈ। ਕਿਉਂ ਬਾਈ ਮੁੜ ਕੇ ਸੇਵਾ ਨਹੀਂ ਕਰਦੇ, ਕਹਿੰਦੇ ਦੁੱਧ ਵੱਧ ਗਈ ਜਾਂ ਘਟ ਗਈ ਆ, ਆਪਣੇ ਘਰੇ ਭਾਵਾਂ 2-3 ਟਾਈਮ ਚੋ ਲੈਣਾ। ਸਹੀ ਗੱਲ ਹੈ। ਹਾਂ ਮੁੜ ਕੇ ਅਗਲੇ ਦੇ ਭਾਵਾਂ 5 ਕਰ ਜੇ ਭਾਵਾਂ 10 ਕਰ ਜੇ, ਆਪਣੀ ਪੂਰਾ ਜ਼ਿੰਮੇਵਾਰੀ ਨਹੀਂ ਗੀ। ਠੀਕ ਹੈ। ਹਾਂਜੀ ਬਾਈ, ਤੋਰ ਕੇ ਦਿਖਾਈ ਬਾਈ। ਬਾਈ ਇੱਕ ਰਿਕੁਐਸਟ ਕਰਾਂਗੇ, ਬਾਈ ਨੇ ਵੀ ਰਿਕੁਐਸਟ ਕਰੀ ਆ ਵੀ ਵੀਰ ਭਰਾ ਬਾਈਆਂ ਦਾ ਵੀ ਸਾਈ ਉਹੀ ਪਾਇਆ ਕਰਨ ਜਿਹੜੇ ਵੀਰਾਂ ਨੇ ਲੈਣੀ ਹੈ, ਕਿਉਂਕਿ ਰੈੱਡ ਬੈਕ ਚੱਲੀ ਸੀ ਬਾਈ ਦੀ, ਤਾਂ ਕਰਕੇ ਬਾਈ ਜ਼ਬਾਨ ਤੇ ਖੜਾ ਰਿਹਾ, ਤਾਂ ਕਰਕੇ ਫੋਨ ਹੋਰ ਆਏ ਤੇ ਬਾਈ ਨੇ ਜਵਾਬ ਦਿੱਤਾ। ਬਾਈ ਦਾ ਵੀ ਪੈਸਿਆਂ ਦੀ ਅਰੇਂਜਮੈਂਟ ਪਹਿਲਾਂ ਕਰਕੇ ਫਿਰ ਗੱਲਬਾਤ ਕਰਿਆ ਕਰੋ। ਦੁੱਧ ਇਹਦਾ 7 ਕਿਲੋ ਨਿਕਤ ਨੂੰ ਤਿਆਰ ਆ, 7 ਤੋਂ ਬਾਹਰ ਹੀ ਆ ਬਾਈ ਇਹਦਾ, 7 ਦੋ ਡੰਗ ਚੋਲੇ ਭਾਵੇਂ 3 ਡੰਗ ਚੋਲੇ, ਬਾਈ ਦੇ ਘਰੇ ਤਸੱਲੀ ਆ, ਬਾਈ ਦੇ ਘਰੇ ਤਸੱਲੀ ਕਰਨੀ ਤੁਸੀਂ ਚੋ ਕੇ, ਪਹਿਲਾਂ ਸੂਆ ਸੂਈ ਹੋਈ ਆ। ਹਾਂ ਜੇ ਕੋਈ ਥਾਂ ਦੇ ਵਿੱਚ ਭੂਰ ਛਿੱਟਾ ਨਿਕਲਿਆ, ਠੀਕ ਆ, ਕੋਈ ਗੰਢ ਮਰੋੜ ਹੋਈ ਹੋਈ, ਉਹ ਆਪਾਂ ਅਗਲੇ ਨੂੰ ਕਿਰਾਇਆ ਦੇਣਦਾਰ ਆ, ਜੇ ਤੇਲ ਪਾਲ ਕੇ ਉਹ ਵੀ ਦੇਣਦਾਰ ਆ, ਜਿਹੜੀ ਬਾਈ ਆਪਾਂ ਕਹਿ ਦਿੰਦੇ ਹਨਾ। ਹਾਂਜੀ। ਹੁਣ ਕਿਸੇ ਨੂੰ ਭੂਰ ਛਿੱਟੇ ਦਾ ਕੀ ਪਤਾ? ਠੀਕ ਆ ਬਾਈ। ਜੇ ਭੂਰ ਛਿੱਟਾ ਹੋਵੇ ਉਹਦੀ ਆਪਣੀ ਗਰੰਟੀ ਆ। ਠੀਕ।
ਊਂ ਕਿਵੇਂ ਠੰਡੀ ਸੀਲ ਆ, ਠੰਡੀ ਸੀਲ ਆ ਬਈ, ਨਿਆਣਾ ਨਹੀਂ ਪਾਉਂਦੇਗੇ। ਠੀਕ ਆ ਦੋਸਤੋ, ਠੰਡੀ ਸੀਲ ਆ, ਸਾਨੂੰ ਹਵਾਲਾ ਤੁਹਾਨੂੰ ਦਿਖਾ ਦਿੰਦੇ ਆ, ਕਈ ਵਾਰ ਕੈਮਰੇ ਦਾ ਕਰ ਦਿੰਦਾ ਹੈਗਾ। ਊਂ ਚਵਾਈ ਚੁਵਾਈ ਦੀ ਚੰਗੀ ਚਵਾਈ ਚੁਵਾਈ ਚ ਬਈ, ਪੂਰੀ ਇੱਕ ਨੰਬਰ ਆ, ਪੂਰੀ ਠੰਡੀ ਸੀਲ ਆ। ਠੀਕ ਆ, ਥਾਨੂੰ ਦਿਖਾ ਦਿੰਦੇ ਦੋਸਤੋ, ਤੁਸੀਂ ਥਾਨੂੰ ਅੰਦਾਜ਼ਾ ਲਾ ਲਿਓ, 7 ਕਿਲੋ ਦੁੱਧ ਨੈਟ ਤਿਆਰ ਆ, ਦੇਖ ਸਕਦੇ ਹੋ। ਜਿਹੜੇ ਫਿਰ ਮੁੱਲ ਦੀ ਗੱਲ ਕਰੀਏ ਤਾਂ ਰੇਟ ਦੱਸਦੇ, ਰੇਟ ਕੀ ਕੀਤਾ ਹੈਗਾ? ਮੁੱਲ ਇਹਦਾ ਬਈ ਯਾਰ, ਆਪਾਂ ਤਾਂ ਉਹਨਾਂ ਦੀ ਸਹੀ ਕਰਨੀ ਆ ਵਾਪਸ। ਠੀਕ ਆ, ਆਪਾਂ ਰੱਖਣਾ ਨੀ ਉਹਨਾਂ ਦਾ ਪੈਸਾ, ਹਨਾ। ਠੀਕ ਆ ਬਈ, ਇਹ ਬਈ ਮੁੱਲ ਭਾਵੇਂ ਦਾ 25 ਕਰਾ ਲਓ, 20 ਕਰਾ ਲਓ, 17,000 ਰੁਪਏ ਚ ਆਪਾਂ ਸਿਰਫ 1 ਰੁਪਿਆ ਛੋਟ ਕਰਨੀ ਆ। ਠੀਕ ਆ ਬਈ, ਉਹੀ ਭੈਣ ਭਰਾ ਫੋਨ ਲਾਵੇ ਬਈ, ਠੀਕ ਆ, ਕੋਈ 14-15 ਲਾ ਵੀ ਨਾ ਲਾਵੇ। ਠੀਕ ਆ, 17,000 ਰੁਪਏ ਚੋਂ ਸਿਰਫ 1 ਰੁਪਿਆ ਛੋਟ ਕਰਨੀ ਆ। ਠੀਕ ਆ, ਹਾਂਜੀ ਦੋਸਤੋ, 17,000 ਬਈ ਨੇ ਫਿਕਸ ਪ੍ਰਾਈਸ ਕੀਤਾ ਇਹਦਾ, ਤੇ ਇਹਦੇ ਚ ਸਿਰਫ ਛੋਟ ਹੀ ਹੋਊਗੀ ਬਾਈ, ਇਹਦਾ 14-15 ਵਾਲਾ ਕੋਈ ਫੋਨ ਨਾ ਲਾਵੇ। ਹਾਂਜੀ, ਆ ਵੇ ਬਈ, ਆ ਬੱਚੀ ਮਗਰ ਵੇਖ ਲਾ, ਵੀ ਦਿਖਾ ਦਿੰਦੇ ਤੁਹਾਨੂੰ, ਬੱਚੀ ਵੀ ਚੰਗੀ ਆ ਦੋਸਤੋ। ਹਾਂ, ਬੱਚੀ ਦੇ ਵੀ 4 ਹੀ ਥਾਂ ਨਾ, ਵੀਡੀਓ ਚ ਭਾਵੇਂ ਤੁਹਾਨੂੰ ਨਾ ਦੇ ਕੇ ਉਹਨੂੰ ਕੋਲੇ ਆ ਕੇ ਦੇਖ ਲਓ, ਤਸੱਲੀ ਕਰ ਲਓ। ਬਾਕੀ ਜਿਹੜੀ ਇਹ ਬਰੀਡ ਆ, ਗਰਮੀ ਥੋੜੀ ਘੱਟ ਮੌਜ ਤੁਹਾਨੂੰ ਦੱਸ ਦਈਏ, ਅੱਗੇ ਚੱਲਦੇ ਆ। ਅੱਗੇ ਬਾਈ ਇਹਦੀ ਕੀ ਡਿਟੇਲ ਆ? ਇਹ ਬਾਈ ਆਪਾਂ ਨੂੰ ਤਾਂ 8 ਮਹੀਨਿਆਂ ਦੀ ਕਹਿ ਕੇ ਦਿੱਤੀ, ਪਰ ਹੋਊਗੀ ਬੱਚੀ ਇਹ 9 ਦਾ ਮਹੀਨਿਆਂ ਦੀ। ਠੀਕ ਆ ਬਾਈ, ਹਾਂਜੀ, ਇਹ ਕਾਲੀ ਜਰਸੀ ਆ ਬਾਈ, ਪੰਜਾਬ ਵਾਲੀ ਜਰਸੀ ਆ ਇਹ। ਹਾਂਜੀ, ਆਹ ਥਾਣ ਵੇਖੋ ਬਈ, ਗਾਂ ਨੂੰ ਕਿੰਨਾ ਚੰਗਾ ਲੱਗਿਆ, ਸਾਂਭੀ ਨੀ ਕਿਸੇ ਨੇ ਬਈ, ਚਿੱਚੜਾ ਨਾ ਭਰੀ ਪਈ ਆ। ਠੀਕ ਹੈ ਜੀ, ਹਾਂ ਲੈ ਥਾਣ ਵੇਖ ਲਈ ਦੋਸਤੋ, ਦੇਖ ਸਕਦੇ ਥਾਣ 4 ਹੀ ਥਾਣ ਲੈ ਜਾਣਗੇ, ਚਿੱਚੜਾ ਨਾ ਬਾਕੀ ਭਰੀ ਪਈ ਆ, ਬਾਕੀ ਝੋਲੀ ਵਿੱਚ ਸਾਂਭੀ ਨੇ ਤਾਂ ਪਾਹੇ ਲਿਆ ਕੇ ਬੰਨ ਹੋਈ ਆ। ਠੀਕ ਆ, ਥਾਣਾ ਚ ਵਿੱਤੀ ਵੀ ਚੰਗੀ, ਹਾਂ ਆ ਦੰਦਾਂ ਦੀ ਵੇਖ ਲਾ ਬਈ, ਇਹ ਤਾਂ ਦੁੱਧ ਦੰਦੀ ਆ, ਆ ਵੇ ਬਈ ਦੰਦਾਂ ਦੀ, ਲੈ ਦੰਦਾਂ ਦੀ ਕੀ, ਆ ਵੇ ਇਹ ਤਾਂ ਸਾਈਡਾਂ ਵਾਲੇ ਵੀ ਨਹੀਂ ਬਰਾਬਰ ਕੀਤੇ, ਲੈ। ਠੀਕ ਹੈ, ਸਹੀ ਆ, ਹਾਂਜੀ ਬਾਈ। ਉਮਰ ਬਾਈ ਜਾਂਦਾ ਆਪਾਂ ਜਿੱਥੋਂ ਲਈ, ਇਹਨਾਂ ਨੇ 8 ਮਹੀਨੇ ਦੱਸੀ, ਪਰ ਤੁਸੀਂ 9 ਮੰਨ ਲਓ, 10 ਮੰਨ ਲਓ, ਕੱਦਗੜ ਤੁਹਾਡੇ ਸਾਹਮਣੇ, ਕੱਦਗੜ ਚੰਗਾ ਕਰੋ ਬਈ, ਪੰਜਾਬ ਵਾਲੀ ਜਰਸੀ ਦੀ ਮਾਂ ਵੀ ਉਹਨਾਂ ਦੇ ਕੋਲੇ ਸੀਗੀ, ਬਾਕੀ ਅਜੇ ਬੱਚੂ ਹੀ ਆ, ਉਸ ਹਿਸਾਬ ਨਾਲ ਕੱਦਗੜ ਇਹਦਾ ਠੀਕ ਆ। ਹਾਂ, ਥਾਂ ਤੁਹਾਨੂੰ ਬਹੁਤ ਚੰਗੇ ਬਾਈ, ਤੂੰ ਬਾਈ ਇਹਦਾ ਕੋਈ ਰਿਕਾਰਡ ਪਤਾ ਵੀ ਕਿਹੜੇ ਰਿਕਾਰਡ? ਰਿਕਾਰਡ ਬਾਈ ਯਾਰ, ਐਵੇਂ ਆਪਾਂ ਕੋਈ 25 ਨਹੀਂ ਆਦੇ, ਪਰ ਉਹਨੇ ਤਾਂ ਕਿਹਾ ਸੀ ਵੀ 17-18 ਕਿਲੋ ਦੁੱਧ ਇਹਦੀ ਮਾਂ ਦੇ ਠਾ ਸੀਗਾ, ਹਨਾ। ਠੀਕ ਆ ਬਾਈ, ਐਵੇਂ ਆਪਾਂ ਕਹਿ ਦਈਏ ਹੁਣ ਉਹਦੀ ਮਾਂ ਦੇ ਠਾ ਆਇਆ ਤਾਂ ਬਾਈ 7-8 ਕਿਲੋ ਦੁੱਧ। ਠੀਕ ਆ, ਐਵੇਂ ਆਪਾਂ 20 ਦੱਸ ਦਿਆਂਗੇ ਜਦੋਂ ਬਣਨ ਵਾਲੀ ਹੋਈ, ਵੀ 20 ਕਿਲੋ ਆ, ਹਨਾ। ਪਰ ਬੱਚੀ ਚੰਗੀ ਆ ਬਾਈ ਯਾਰ, ਮਾੜੀ ਨੀਗੀ, ਚਿੱਚੜ ਸਾਰੇ ਲੈ ਜਾਣੇ, ਸੇਵਾ ਦੀ ਲੋੜ ਜ਼ਰੂਰ ਆ, ਚਿੱਚੜ ਜ਼ਰੂਰ ਲੱਗੇ ਹੋਏ, ਥਾਣਾ ਵਾਲਾ ਤੁਹਾਨੂੰ ਫੇਰ ਦਿਖਾ ਦਿੰਦੇ ਆ, ਦੇਖ ਸਕਦੇ ਝੋਲੀ ਝੋਲੀ ਵੀ ਚੰਗੀ ਆ, ਚਾਰੇ ਥਾਣੇ ਲੈ, ਸਹੀ ਆ, ਕੋਈ ਗੱਲ ਨੀ ਬਈ। ਇਹਦਾ ਮੁੱਲ ਦੀ ਫਿਰ ਗੱਲ ਕਰੀਏ, ਰੇਟ ਇਹਦਾ ਦੱਸ ਦੇ ਕੀ ਹੈ? ਇਹ ਬਈ ਯਾਰ 6000 ਰੁਪਿਆ ਫਿਕਸ ਹੀ ਹੈ ਇਹਦਾ। ਅੱਛਾ, 6000 ਫਿਕਸ, ਇਹਦੇ ਚ ਮਾੜਾ ਮੋਟਾ ਮਾਨਤਾਂ ਜਾਂ ਛੋੜ ਕੀ ਹੋਊਗਾ? ਨਹੀਂ, ਛੋੜ ਚ ਪਤਾ ਹੋਊਗਾ ਬਈ, ਮਾਨਤਾਂ ਤਾਂ ਕਰਾਂਗੇ, ਪਰ ਉਹ ਫਿਕਸ ਵੰਗੋਈਆਂ। ਅੱਛਾ, ਫਿਕਸ ਵੰਗੋਈਆਂ, ਹਾਂਜੀ, ਯਾਨੀ ਕਿ ਥੋੜਾ ਬਹੁਤ ਹੋ ਜਾਊਗਾ, ਬਾਹਲਾ ਨਹੀਂ ਹੋਣਾਗਾ। ਹਾਂਜੀ, ਬਸ ਵੀ 2-400 ਹੋ ਜਾਊਗਾ, ਕੋਈ ਬਾਹਲਾ ਨਹੀਂਗਾ। ਠੀਕ, ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਬਾਈ ਕੋਲ 2 ਨਾਂ ਹੈਗਾ, ਦੋਨਾਂ ਦੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੇਤੀ, ਬਾਕੀ ਮੁੱਲ ਵੀ ਵੀਡੀਓ ਦੇ ਵਿੱਚ ਹੀ ਆ, ਛੋੜ ਹੋ ਜੂਗੀ, ਮਾਨਤਾਨ ਮਾੜਾ ਮੋਟਾ ਹੋਊਗਾ, ਕੋਈ ਜ਼ਿਆਦਾ ਨਹੀਂ ਹੋਊਗਾ, ਇਹਦੀ ਵੇਲ ਵੀ ਦੇ ਸਕਦੇ, ਚੰਗੀ ਵੇਲ ਆ। ਜਿਹਨੂੰ ਵੀਡੀਓ ਪਸੰਦ ਆਵੇ, ਜਾਨਵਰ ਪਸੰਦ ਆਵੇ, ਬਾਈ ਨਾਲ ਸੰਪਰਕ ਕਰ ਲਿਓ, ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਰਹਿਣਾ, ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।